ਲਿਰਿਕਸ ਟਸ਼ਨ ਦਿਲ ਦੀ ਗੱਲ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਬਿਗ ਬਰਡ, ਨਾ ਮੈਂ ਗੱਲ ਕਰੂੰਗਾ ਇੱਧਰ ਦੀ ਨਾ ਉੱਧਰ ਦੀ, ਸਿਰਫ ਦਿਲ ਦੀ ਗੱਲ। ਟਸ਼ਨ ਵਾਲਿਓ ਆਉਣ ਦੋ ਸਵਾਲ। ਬਿਗ ਬਰਡ ਨਾਮ ਰੱਖਣ ਤੋਂ ਬਾਅਦ ਕਰਦਿਆਂ ਦਾ ਕੀ ਰਿਐਕਸ਼ਨ ਸੀ? ਮੇਰਾ ਅਸੀਂ ਨਾਂ ਹੈਗਾ ਮਨਿੰਦਰ ਕਲਿਆਣ। ਇਹ ਬਿਗ ਬਰਡ ਨਾਮ ਮੈਨੂੰ ਦਿੱਤਾ ਸੀਗਾ ਮੇਰੇ ਫਰੈਂਡ ਨੇ ਹਾਈ ਸਕੂਲ 'ਚ। ਇੱਕ ਕਿਡਜ਼ ਸ਼ੋਅ ਹੁੰਦਾ ਸੀਗਾ ਉੱਥੇ ਨੌਰਥ ਅਮੈਰੀਕਾ 'ਚ, ਸੈਸਮੀ ਸਟਰੀਟ, ਅਤੇ ਉਹਦੇ ਵਿੱਚ ਵੀ ਕੈਰੈਕਟਰ ਸੀਗਾ, ਉਹਦਾ ਨਾਮ ਵੀ ਬਿਗ ਬਰਡ ਸੀਗਾ, ਅਤੇ ਉਹ ਵੀ ਯੈਲੋ ਰੰਗ ਦਾ ਸੀਗਾ, ਅਤੇ ਮੈਂ ਕਾਫੀ ਯੈਲੋ ਕੱਪੜੇ ਜਾਂ ਜੂਲਰੀ ਮੈਨੂੰ ਪਸੰਦ ਸੀਗੀ, ਮੈਂ ਪਾਉਂਦਾ ਹੁੰਦਾ ਸੀਗਾ, ਅਤੇ ਉਹਦੇ ਕਰਕੇ ਉਹਨੇ ਮੈਨੂੰ ਬਿਗ ਬਰਡ ਆਖਿਆ ਸੀਗਾ ਇੱਕ ਦਿਨ, ਅਤੇ ਉਹ ਤੋਂ ਬਾਅਦ ਮੈਂ ਉਹੀ ਨਾਂ ਰੱਖ ਲਿਆ ਸੀਗਾ। ਹੁਣ ਫੈਮਿਲੀ ਨੂੰ ਵਧੀਆ ਲੱਗਦਾ ਆ, ਉਹ ਸਪੋਰਟ ਕਰਦੇ ਆ ਮੇਰੀ ਪੂਰੀ, ਅਤੇ ਯੂ ਨੋ ਮੈਂ ਥੈਂਕਫੁਲ ਹੈਗਾ ਉਹਨਾਂ ਦੀ ਸਪੋਰਟ ਦੇ ਕਰਕੇ। ਸਿੱਧੂ ਮੂਸੇਵਾਲੇ ਦਾ ਸੋ ਹਾਈ ਸੁਣ ਕੇ ਲੱਗਾ ਸੀ ਕਿ ਇੰਨਾ ਵੱਡਾ ਹਿੱਟ ਜਾਏਗਾ। ਜਦੋਂ ਪਹਿਲਾਂ ਸਿੱਧੂ ਹੁਣੀ ਆਏ ਸੀਗੇ, ਅਤੇ ਉਸ ਟਾਈਮ ਪਤਾ ਨਹੀਂ ਸੀਗਾ ਵੀ ਕੀ ਕਿੱਦਾਂ ਕੁਝ ਹੋਣਾ, ਲਾਈਕ ਲਿਰਿਕਸ ਮੈਨੂੰ ਸਿਰਫ ਸੁਣੇ ਸੀਗੇ, ਅਤੇ ਉਸ ਟਾਈਮ ਪਤਾ ਨਹੀਂ ਸੀਗਾ। ਉਹਨਾਂ ਨੇ ਇੱਕ ਹੀ ਗੱਲ ਆਖੀ ਸੀਗੀ ਵੀ ਇਹ ਆਪਾਂ ਐਂਥਮ ਟਰੈਕ ਬਣਾਉਣਾ ਆ, ਅਤੇ ਆਪਾਂ ਜਦੋਂ ਵੋਕਲ ਕਰ ਲਏ ਸੀਗੇ ਫਿਰ ਉਸ ਤੋਂ ਬਾਅਦ ਮੈਂ ਇਹੀ ਦਿਮਾਗ 'ਚ ਸੋਚ ਕੇ ਰੱਖਿਆ ਸੀਗਾ ਵੀ ਕੁਝ ਡਿਫਰੈਂਟ ਜਿਹਾ ਕਰਾਂਗਾ, ਅਤੇ ਥੋੜ੍ਹਾ ਜਿਹਾ ਹਿਪ ਹੌਪ ਸਟਾਈਲ, ਅਤੇ ਜਦੋਂ ਬਣ ਗਿਆ ਸੀਗਾ ਉਦੋਂ ਮੈਨੂੰ ਵਧੀਆ ਲੱਗਾ ਸੀਗਾ, ਪਰ ਇਹ ਨਹੀਂ ਪਤਾ ਸੀਗਾ ਵੀ ਗਾਣਾ ਕਿੰਨਾ ਕੁ ਹਿੱਟ ਜਾਊਗਾ ਨਹੀਂ ਜਾਊਗਾ, ਲਾਈਕ ਉਹਦਾ ਨਹੀਂ ਮੈਨੂੰ ਬਾਹਲਾ ਪਤਾ ਸੀਗਾ। ਤੁਸੀਂ 5-7 ਦੰਦ ਸੋਨੇ ਦੇ ਲਵਾਏ ਆ, ਲੱਗਦਾ ਕਿਸੇ ਜਿਊਲਰ ਨਾਲ ਵਧੀਆ ਯਾਰੀ ਹੈ। ਹਾਂਜੀ ਕਹਿ ਸਕਦੇ ਹਾਂ, ਲਾਈਕ ਮੈਨੂੰ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਨੂੰ ਜੂਲਰੀ ਦਾ ਬਹੁਤ ਸ਼ੌਂਕ ਹੈਗਾ ਆ, ਅਤੇ ਉੱਪਰ ਵਾਲੇ ਵੀ ਥੱਲੇ ਵਾਲੇ ਵੀ ਮੈਂ ਕਿਹਾ ਬਣਾ ਲੈਂਦੇ ਆ, ਮੈਨੂੰ ਵਧੀਆ ਲੱਗਦੇ ਸੀਗੇ, ਅਤੇ ਜਿੱਥੋਂ ਮੈਂ ਆਹ ਬਣਾਇਆ ਸੀਗਾ ਉਹਨੇ ਉਹੀ ਮੁੰਡੇ ਨੇ ਬਣਾਇਆ ਸੀਗਾ। ਡਾਲਰ ਗਾਣੇ ਵਿੱਚ ਤੁਸੀਂ ਡਾਲਰ ਬਹੁਤ ਸੁੱਟੇ ਆ, ਸ਼ੂਟ ਤੋਂ ਬਾਅਦ ਉਹ ਚੱਕੇ ਵੀ ਸੀ? ਉਹ ਵਾਲੇ ਤਾਂ ਮੋਸਟਲੀ ਉੱਡ ਗਏ ਸੀਗੇ ਜਿੰਨੇ ਵੀ ਸੀਗੇ, ਬਾਕੀ ਦੇ ਮੈਂ ਚੱਕ ਲਏ ਸੀਗੇ। ਬਿਗ ਬਰਡ ਤੁਹਾਡਾ ਉਹ ਕਿਹੜਾ ਸੌਂਗ ਸੀ ਜਿਸ ਦੇ ਬਾਅਦ ਤੁਸੀਂ ਆਪਣਾ ਬਜਟ ਸੋ ਹਾਈ ਕਰ ਦਿੱਤਾ? ਰੇਟ ਤਾਂ ਮਤਲਬ ਠੀਕ ਹੀ ਆਪਾਂ ਰੱਖਿਆ ਹੈ, ਯੂ ਨੋ ਜਿਹੜੇ ਵੀ ਵਧੀਆ ਗਾਣੇ ਸਾਨੂੰ ਲੱਗਦੇ ਆਪਾਂ ਕਰੀ ਜਾਂਦੇ ਹਾਂ। ਸਿੱਧੂ ਦੇ ਵਧੀਆ ਗਾਣੇ ਸੀਗੇ ਸਾਰੇ, ਜਿੱਦਾਂ ਸੋ ਹਾਈ ਹੋ ਗਿਆ, ਅਤੇ ਉਹ ਤੋਂ ਬਾਅਦ ਆਪਾਂ ਕੀਤਾ ਸੀਗਾ ਇਸ ਜੱਟ ਵੀ ਵਧੀਆ ਚੱਲ ਪਿਆ ਸੀਗਾ, ਉਹ ਐਕਚੁਅਲ ਸਨੀ ਦੇ ਕੌਨਸੈਪਟ ਬਣਾਇਆ ਸੀਗਾ, ਸਨੀ ਮਾਲਟਨ ਜਿਹੜਾ ਮੇਰਾ ਭਰਾ ਕਹਿ ਸਕਦੇ ਹਾਂ ਜਾਂ ਬੈਸਟ ਫਰੈਂਡ ਕਹਿ ਲਓ, ਮੇਰਾ ਬਿਜ਼ਨਸ ਪਾਰਟਨਰ, ਲਾਈਕ ਉਹਦਾ ਕੌਨਸੈਪਟ ਸੀਗਾ ਉਹ ਇਸ ਜੱਟ। ਉਹ ਤੋਂ ਬਾਅਦ ਫਿਰ ਜਸ ਲਿਸਨ ਵੀ ਆਇਆ, ਅਤੇ ਉਹ ਵੀ ਯੂ ਨੋ ਪਸੰਦ ਆ ਗਿਆ ਸੀਗਾ ਸਾਰਿਆਂ ਨੂੰ, ਅਤੇ ਹੌਲੀ ਹੌਲੀ ਹੁਣ ਲੱਗੇ ਰਹੇ ਹੁਣ ਲਾਈਕ। ਅੱਛਾ ਤੁਹਾਡੀ ਬੀਅਰਡ 'ਚ ਕੁਝ ਵਾਲ ਚਿੱਟੇ ਆ, ਤੁਸੀਂ ਕਲਰ ਕਰਵਾਇਆ ਜਾਂ ਫਿਰ ਸਟਰਗਲ ਦੀ ਨਿਸ਼ਾਨੀ ਆ? ਇਹ ਮੈਂ ਕਈ ਨੂੰ ਤਾਂ ਕਹਿ ਦਿੰਦਾ ਵੀ ਮੈਂ ਆਪ ਕੀਤਾ ਹੁੰਦਾ ਆ, ਅਤੇ ਐਕਚੁਅਲ 'ਚ ਕੀ ਹੋਇਆ ਸੀਗਾ ਜਦੋਂ ਮੈਂ ਛੋਟਾ ਸੀਗਾ ਮੈਂ ਐਕਚੁਅਲੀ ਸਾਈਕਲ ਤੋਂ ਡਿੱਗ ਗਿਆ ਸੀਗਾ, ਅਤੇ ਇੱਥੇ ਸੱਟ ਲੱਗ ਗਈ ਸੀਗੀ, ਅਤੇ ਉਹਦੇ ਕਰਕੇ ਜਦੋਂ ਦਾੜੀ ਆਉਣ ਲੱਗ ਪਈ ਪਹਿਲਾਂ ਇੱਕ ਚਿੱਟਾ ਵਾਲ ਹੁੰਦਾ ਸੀਗਾ ਫਿਰ ਦੋ ਫਿਰ ਤਿੰਨ, ਇੱਦਾਂ ਹੌਲੀ ਹੌਲੀ ਵੱਧਦੇ ਗਏ, ਅਤੇ ਮਤਲਬ ਹੁਣ ਤਾਂ ਲੋਕ ਮੈਨੂੰ ਦੱਸਦੇ ਵੀ ਨਿਸ਼ਾਨੀ ਬਣ ਗਈ ਹੈਗੀ ਆ, ਸਿਰ 'ਤੇ ਵੀ ਚਿੱਟੀ ਵਾਲ ਹੁਣ ਆ ਗਿਆ ਕਹਿ ਸਕਦੇ ਆ, ਸਟਰਗਲ ਵੀ ਆ। ਸਿੱਧੂ ਮੂਸੇਵਾਲਾ ਹੋਰ ਮਿਊਜ਼ਿਕ ਡਾਇਰੈਕਟਰਸ ਨਾਲ ਵੀ ਕੰਮ ਕਰ ਰਿਹਾ ਹੈ, ਇਸ ਲਈ ਤਾਂ ਨਹੀਂ ਇੰਡੀਆ ਆਏ? ਨਹੀਂ ਨਹੀਂ ਉਹਦੇ ਕਰਕੇ ਨਹੀਂ ਆ, ਮੈਂ ਤਾਂ 11 ਸਾਲ ਬਾਅਦ ਆਇਆ ਹੁਣ ਇੱਥੇ, ਲਾਸਟ ਟਾਈਮ ਮੈਂ 2008 'ਚ ਆਇਆ ਸੀਗਾ, ਅਤੇ ਉਦੋਂ ਲਾਈਕ ਕੋਈ ਫੈਮਿਲੀ ਫੰਕਸ਼ਨ ਵੈਡਿੰਗ ਕਰਕੇ ਆਇਆ ਸੀਗਾ, ਅਤੇ ਮੈਂ ਫੈਮਿਲੀ ਨਾਲ ਹੀ ਜ਼ਿਆਦਾ ਘੁੰਮਿਆ ਸੀਗਾ, ਅਤੇ ਉੱਦਾਂ ਮੈਂ ਹੁਸ਼ਿਆਰਪੁਰ ਦੇ ਇਲਾਕੇ 'ਚ ਹਾਂ, ਸੋ ਮੈਂ ਹੁਣ ਪਹਿਲੀ ਵਾਰੀ ਲਾਈਕ ਚੰਡੀਗੜ੍ਹ ਹੁਣ ਆਇਆ, ਅਤੇ ਮੈਂ ਕਿਹਾ ਮਾੜਾ ਜਿਹਾ ਦੇਖ ਲਈਏ ਕਿ ਪੰਜਾਬੀ ਇੰਡਸਟਰੀ ਜਿਹੜੀ ਹੈਗੀ ਆ ਉਹ ਇੱਥੇ ਹੀ ਆ, ਮਤਲਬ ਪੰਜਾਬ ਦੇ ਵਿੱਚ, ਅਤੇ ਗਾਣੇ ਇੱਥੇ ਚੱਲਦੇ ਆ, ਸੋ ਮੈਂ ਕਿਹਾ ਇੱਕ ਵਾਰੀ ਆਣ ਕੇ ਦੇਖਦੇ ਹਾਂ ਵੀ ਕਿੱਦਾਂ ਦਾ ਮਾਹੌਲ ਹੈਗਾ ਇੱਥੇ, ਅਤੇ ਯੂ ਨੋ ਆਣ ਕੇ ਮੈਨੂੰ ਹੁਣ ਵਧੀਆ ਲੱਗਾ, ਅਤੇ ਹੁਣ ਲੱਗਦਾ ਵੀ ਘੈਂਟ ਹੋ ਗਿਆ ਹੁਣ। ਬਿਗ ਬਰਡ ਵਾਲਾ ਲੌਕੇਟ ਤੁਸੀਂ ਹਮੇਸ਼ਾ ਹੀ ਪਾ ਕੇ ਰੱਖਦੇ ਹੋ? ਜਦੋਂ ਸਿੰਗਰ ਨਾਲ ਮੀਟਿੰਗ ਹੁੰਦੀ ਆ ਉਦੋਂ ਨਹੀਂ ਮੈਂ ਪਾਉਂਦਾ, ਜਦੋਂ ਕੋਈ ਵੀਡੀਓ ਸ਼ੂਟ ਹੁੰਦਾ ਜਾਂ ਮੈਂ ਬਾਹਰ ਕਿਤੇ ਜਾਣਾ ਹੁੰਦਾ ਉਦੋਂ ਮੈਂ ਪਾ ਲੈਂਦਾ ਹਾਂ। ਬਿਗ ਬਰਡ ਪੰਜਾਬ ਦਾ ਕੋਈ ਇੱਕ ਸਟਾਰ ਜਿਸ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ? ਦਲਜੀਤ ਭਾਜੀ ਨਾਲ ਗਾਣਾ ਮੈਂ ਕਰਨਾ ਚਾਹੁੰਦਾ ਹਾਂ, ਅਤੇ ਉਹ ਵੀ ਮੈਨੂੰ ਬਹੁਤ ਵਧੀਆ ਆਰਟਿਸਟ ਲੱਗਦੇ ਨੇ, ਉਹ ਵੀ ਮਤਲਬ ਆਪਣੇ ਲੈਵਲ 'ਤੇ ਬਹੁਤ ਵਧੀਆ ਕਰੀ ਜਾਂਦੇ ਆ, ਅਤੇ ਮੈਂ ਵੀ ਚਾਹੁੰਦਾ ਉਹਨਾਂ ਨਾਲ ਕੁਝ ਵਧੀਆ ਆਵੇ, ਕਰੂੰਗੇ ਉਹਨਾਂ ਵੀ। ਅਤੇ ਦੂਸਰਾ ਆਰਟਿਸਟ ਦੋ ਨਾ, ਇੱਕ ਹੀ ਪਤਾ ਇੱਕ ਦਾ। ਡਿਵਾਈਨ ਨਾਲ ਸੌਂਗ ਕਰਨ ਲਈ ਤੁਸੀਂ ਅਪਰੋਚ ਕੀਤੀ ਸੀ ਕਿ ਡਿਵਾਈਨ ਨੇ?
ਡਿਵਾਈਨ ਦੇ ਨਾਲ ਮੇਰੇ ਖਿਆਲ ਔਨਲਾਈਨ ਹੀ ਗੱਲ ਕੀਤੀ ਸੀਗੀ ਇੰਸਟਾਗ੍ਰਾਮ ਥਰੂ। ਉਹਨਾਂ ਦਾ ਵੀ ਕੰਮ ਮੈਨੂੰ ਵਧੀਆ ਲੱਗਾ ਉੱਧਰ ਬੰਬੇ ਦੇ ਵਿੱਚ, ਵਧੀਆ ਉਹਨਾਂ ਕਰਦੇ ਆ ਰੈਪ, ਮੈਨੂੰ ਵਧੀਆ ਲੱਗਾ। ਮੈਨੂੰ ਮੈਂ ਉੱਥੇ ਗੱਲ ਕੀਤੀ ਸੀਗੀ ਔਨਲਾਈਨ ਉਹਨਾਂ ਨਾਲ, ਆਪਾਂ ਕੁਛ ਕੋਲੈਬੋਰੇਸ਼ਨ ਕਰਦੇ ਹਾਂ, ਅਤੇ ਫਿਰ ਉੱਥੋਂ ਗੱਲ ਸ਼ੁਰੂ ਹੋਈ ਸੀਗੀ। ਫਿਰ ਸਾਡਾ ਉਹ ਵਨ ਸਾਈਡ ਗਾਣਾ ਆਇਆ ਸੀਗਾ। ਸਿੱਧੂ ਮੂਸੇਵਾਲੇ ਦੇ ਲਿਰਿਕਸ ਸੁਣ ਕੇ ਕਦੀ ਕਿਸੇ ਨੂੰ ਕੁੱਟਣ ਦੀ ਫੀਲਿੰਗ ਤੇ ਨਹੀਂ ਆਈ? ਨਹੀਂ ਨਹੀਂ, ਇੱਦਾਂ ਦਾ ਕੁਛ ਹੈ ਨਹੀਂ। ਸਾਰੇ ਜਾਣੇ ਮਤਲਬ ਵਧੀਆ ਕੰਮ ਕਰੀ ਜਾਂਦੇ ਆ, ਲਾਈਕ ਸਾਰੇ ਲੱਗੇ ਪਏ ਆ, ਅਤੇ ਆਪਾਂ ਵੀ ਕੰਮ ਕਰੀ ਜਾਂਦੇ ਹਾਂ, ਅਤੇ ਇੱਦਾਂ ਦਾ ਕਦੀ ਫੀਲਿੰਗ ਨਹੀਂ ਆਈ। ਬਿਗ ਬਰਡ 10 ਸਾਲ ਇੱਕ ਰੂਮ 'ਚ, ਇਸ ਦੀ ਕੀ ਸਟੋਰੀ ਹੈ? 10 ਸਾਲ ਤੁਸੀਂ 12 ਸਾਲ ਕਹਿ ਸਕਦੇ, ਹੁਣ 10 ਸਾਲ ਵੀ ਹੁਣ ਤਾਂ 12 ਹੋਣ ਲੱਗੇ ਆ। ਅਤੇ ਮਤਲਬ ਮੈਂ ਅਤੇ ਜਿਹੜਾ ਸਨੀ ਆ, ਆਪਾਂ ਦੋਨਾਂ ਨੇ ਇਕੱਠਿਆਂ ਨੇ ਸਟਾਰਟ ਕੀਤਾ ਸੀਗਾ, ਅਤੇ ਆਪਾਂ ਬਸ ਹੌਲੀ ਹੌਲੀ ਲੱਗੇ ਰਹੇ। ਵਧੀਆ ਸੀਗਾ, ਲਾਈਕ ਸਟਰਗਲ ਵੀ ਹੋਣੀ ਚਾਹੀਦੀ ਹੈ ਤਾਂ ਹੀ ਪਤਾ ਲੱਗਦਾ ਬਾਅਦ 'ਚ ਫਿਰ ਆਪਾਂ ਕੁਛ ਵਧੀਆ ਕਰਦੇ ਹਾਂ, ਹੈ ਨਾ। ਜਿਹੜਾ ਬੰਦਾ ਨਹੀਂ ਸਟਰਗਲ ਕਰਦਾ, ਫਿਰ ਜੇ ਚੜ੍ਹਾਈ ਹੋ ਜਾਂਦੀ ਹੈ ਫਿਰ ਸੰਭਾਲਣੀ ਉਹਨਾਂ ਨੂੰ ਔਖੀ ਹੋ ਜਾਂਦੀ ਆ। ਮਤਲਬ ਹੁਣ ਸੈੱਟ ਆ ਸਾਰਾ ਕੁਛ, ਹੁਣ ਵਧੀਆ ਚੱਲੀ ਜਾਂਦਾ ਹੈ ਅਤੇ ਸਾਰਾ ਕੁਛ ਘੈਂਟ ਆ। ਅੱਛਾ ਬਿਗ ਬਰਡ, ਹੋਰ ਕਿਸ ਕਿਸ ਨਾਲ ਕੋਲੈਬੋਰੇਟ ਕਰ ਰਹੇ ਹੋ ਫਿਊਚਰ 'ਚ? ਹਾਂਜੀ, ਕੋਲੈਬੋਰੇਸ਼ਨ ਤਾਂ ਮੈਂ ਹੁਣ ਕਰੀ ਜਾਂਦਾ ਹਾਂ, ਅਤੇ ਹੈਗੇ ਆ ਗਾਣੇ ਜਿਹੜੇ ਆਲਰੇਡੀ ਤਿਆਰ ਹੈਗੇ ਆ, ਬਸ ਵੀਡੀਓ ਸ਼ੂਟ ਦੀ ਤਿਆਰੀਆਂ ਹੈਗੀਆਂ। ਰਣਜੀਤ ਬਾਵੇ ਨਾਲ ਵੀ ਆਉਂਦਾ ਆਉਣ ਲੱਗਾ ਗਾਣਾ, ਅਤੇ ਜੈਜੀ ਭਾਜੀ ਨਾਲ ਵੀ ਆਉਣ ਲੱਗਾ ਆ। ਅੱਜ ਹੀ ਆਪਾਂ ਸੁਰਜੀਤ ਖਾਨ ਨਾਲ ਵੀ ਡਬਿੰਗ ਕਰਦੇ ਸੀਗੇ ਅੱਜ। ਬਾਕੀ ਹੋਰ ਵੀ ਸਰਪ੍ਰਾਈਜ਼ ਹੈਗੇ ਆ ਜਿਹੜੇ ਹੁਣ ਬਸ ਆਉਣ ਹੀ ਲੱਗੇ ਆ। ਬਿਗ ਬਰਡ ਨੇ ਵਿਆਹ ਵਾਲੇ ਪਿੰਜਰੇ 'ਚ ਕੈਦ ਹੋਣ ਦਾ ਕਦੋਂ ਸੋਚਿਆ? ਵਿਆਹ ਹੋਣ 'ਤੇ ਤਾਂ ਮੇਰੇ ਮਾਪੇ ਤੁਸੀਂ ਕਹਿ ਸਕਦੇ ਹੋ, ਉਹਨਾਂ ਨੇ ਮੇਰੇ ਵੱਡੇ ਡੈਡੀ ਵੀ ਹੈਗੇ, ਉਹ ਵੀ ਕਰਦੇ ਹੁੰਦੇ ਸੀਗੇ ਫਿਰ ਆ ਜਾ ਤੂੰ ਮੇਰੇ ਨਾਲ ਇੰਡੀਆ ਚੱਲ ਜਾ, ਆਪਾਂ ਤੇਰਾ ਵਿਆਹ ਕਰ ਦਿੰਦੇ ਹਾਂ। ਅਤੇ ਉਹ ਮੈਂ ਮੰਨਿਆ ਨਹੀਂ ਸੀਗਾ, ਮੈਂ ਕਿਹਾ ਨਹੀਂ ਰਹਿਣ ਦਿੰਦੇ ਹਾਂ ਲਾਈਕ। ਬਟ ਹੁਣ ਮੇਰੀ ਉਮਰ 30 ਸਾਲ ਦੀ ਹੋ ਗਈ ਆ, ਅਤੇ ਮੈਨੂੰ ਲੱਗਦਾ ਸੀਗਾ ਫਿਰ ਹੁਣ ਤਾਂ ਟਾਈਮ ਹੋ ਗਿਆ ਲਾਈਕ ਕਰਾ ਲਈ, ਨਹੀਂ ਤਾਂ ਬਾਅਦ 'ਚ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਮੈਂ ਤੁਹਾਨੂੰ 2 ਆਪਸ਼ਨ ਦੇ ਰਹੀ ਹਾਂ, ਤੁਸੀਂ ਉਹਨਾਂ 'ਚੋਂ ਇੱਕ ਚੂਜ਼ ਕਰੋ, ਕੈਨੇਡਾ ਔਰ ਪੰਜਾਬ। ਕੈਨੇਡਾ ਵੀ ਵਧੀਆ ਆ, ਹੁਣ ਮਤਲਬ 10 ਕੁ ਦਿਨ ਹੋਏ ਆ ਮੈਂ ਇੱਥੇ ਘੁੰਮਦਾ ਫਿਰਦਾ, ਮੈਨੂੰ ਹੁਣ ਪੰਜਾਬ ਵੀ ਵਧੀਆ ਲੱਗਾ। ਪਹਿਲਾਂ ਤਾਂ ਮੈਂ ਡਰਦਾ ਹੁੰਦਾ ਸੀਗਾ ਇੰਡੀਆ ਨਹੀਂ ਜਾਣਾ, ਬਿਕੋਜ਼ ਪਹਿਲਾਂ ਜਦੋਂ ਮੈਂ ਆਇਆ ਸੀਗਾ ਉਦੋਂ ਮੈਂ ਸਿੱਖ ਹੋ ਗਿਆ ਸੀਗਾ, ਅਤੇ ਮੈਨੂੰ ਲੱਗਾ ਵੀ ਸ਼ਾਇਦ ਯੂਨੋ ਮੇਰੇ ਲਈ ਬੋਡੀ ਲਈ ਇਹ ਯੂਨੋ ਇੱਥੇ ਖਾਣ ਪੀਣ ਦਾ ਥੋੜ੍ਹਾ ਜਿਹਾ ਹੈਗਾ, ਅਤੇ ਮੈਨੂੰ ਲੱਗਾ ਪੇ ਮੈਨੂੰ ਨਹੀਂ ਜਾਣਾ ਚਾਹੀਦਾ, ਬਿਕੋਜ਼ ਮੈਂ ਉੱਥੋਂ ਡਰਦਾ ਸੀਗਾ, ਮੈਂ ਕਹਿੰਦਾ ਸੀਗਾ ਵੀ ਮੈਂ ਸਿੱਖ ਨਾ ਹੋ ਜਾਵਾਂ ਇੱਥੇ ਆਣ ਕੇ। ਬਟ ਸੋ ਫਾਰ ਸਾਰਾ ਕੁਛ ਵਧੀਆ ਚੱਲੀ ਜਾਂਦਾ, 10 ਦਿਨ ਹੋ ਗਿਆ ਮੈਂ ਖਾਈ ਜਾਂਦਾ ਹਾਂ, ਅਤੇ ਮਤਲਬ ਕੋਈ ਇੱਦਾਂ ਕੋਈ ਟੈਨਸ਼ਨ ਨਹੀਂ ਹੈਗੀ ਹੁਣ ਮਤਲਬ ਸੈੱਟ ਆ, ਅਤੇ ਮਤਲਬ ਦੋਨੇ ਵਧੀਆ ਮੇਰੇ ਲਈ। ਉਹ ਉੱਥੇ ਮੈਂ ਬੋਰਨ ਆ ਕੈਨੇਡਾ ਵਿੱਚ, ਉਹ ਵੀ ਮੈਨੂੰ ਵਧੀਆ ਲੱਗਦਾ, ਹੁਣ ਇੱਥੇ ਸਾਡੇ ਰੂਟਸ ਆ ਅਤੇ ਮੈਨੂੰ ਇੱਥੇ ਵੀ ਹੁਣ ਵਧੀਆ ਲੱਗਦਾ। ਲਾਈਫ ਵਿੱਚ ਕਦੀ ਏਦਾਂ ਦੀ ਮੂਮੈਂਟ ਆਏ ਕਿ ਕਿਸੇ ਇੱਕ ਨੂੰ ਚੂਜ਼ ਕਰਨਾ ਹੋਵੇ ਤਾਂ ਕਿਸ ਨੂੰ ਕਰੋਗੇ, ਸਿੱਧੂ ਮੂਸੇਵਾਲਾ ਜਾਂ ਸਨੀ ਮਾਲਟਨ? ਦੋਨੇ ਮੇਰੇ ਭਰਾ ਆ, ਇੱਦਾਂ ਮੈਂ ਹੁਣ ਚੂਜ਼ ਤਾਂ ਨਹੀਂ ਕਰ ਸਕਦਾ, ਪਰ ਦੋਨੇ ਮੇਰੇ ਭਰਾ ਕਹਿ ਲਓ। ਜੇ ਚੂਜ਼ ਕਰਨਾ ਹੋਵੇ ਤਾਂ ਓਬਵੀਅਸਲੀ ਹੁਣ ਸਨੀ ਮਾਲਟਨ, ਮੈਂ ਉਹਨਾਂ ਸਾਰਾ ਕੁਛ ਆਪਾਂ ਜਿਹੜਾ ਬਰਾਊਨ ਬੋਏ ਸਾਰਾ ਕੁਛ ਸਟਾਰਟ ਕੀਤਾ ਉਹਨਾਂ ਹੀ ਸਟਾਰਟ ਕੀਤਾ ਆ, ਅਤੇ ਜੇ ਉਹ ਨਾ ਹੁੰਦਾ ਤਾਂ ਮੈਂ ਨਾ ਹੁੰਦਾ, ਇਹੀ ਗੱਲ ਹੈਗੀ ਆ। ਅਤੇ ਆਪਾਂ ਦੋਨਾਂ ਕਰਕੇ ਹੀ ਮਤਲਬ ਆਪਾਂ ਇੱਥੇ ਤੱਕ ਪਹੁੰਚੇ ਹਾਂ। ਮੈਂ ਵੀ ਉਹਦਾ ਫੈਨ ਹਾਂ, ਉਹ ਵੀ ਵਧੀਆ ਰੈਪ ਕਰਦਾ ਹੈ, ਅਤੇ ਮੈਂ ਵੀ ਉਹਦਾ ਫੈਨ ਹੈਗਾ ਹਾਂ। ਨਾਈਨ ਐਕਸਟੈਂਸ਼ਨ ਦਿਲ ਦੀ ਗੱਲ।